मैं सौरभ से रिक्वेस्ट करूंगा कि वो पायलटिंग वैन को बता दें कि वो आगे, ब्लॉगर से रिक्वेस्ट है कि पायलटिंग व्हीकल के पीछे पीछे चलेंगे। और बराज मैम के लिए मॉर्निंग में आप सबके साथ मैम भी यहाँ पर आई है ब्लॉगर में पार्टिसिपेट करने के लिए, मैं रिक्वेस्ट करूंगा एक बार जोरदार ताली अगेन मैम के लिए। मैम प्लीज आप मंच पर ही रुकिएगा। और वेस्ट मैनेजमेंट को कनेक्ट किया जाता है अपनी फिटनेस से, कि लोग जब जॉगिंग के लिए जाते हैं सुबह तो उसको खुद से क्लीन कर सके और अपने आसपास का वातावरण अच्छा बना सके, अपनी नैतिक जिम्मेदारी को फॉलो कर सके, उसके लिए एक इवेंट है। तो अभी हम लोग क्या करेंगे, यहाँ से स्टार्ट करेंगे, आपके द्वारा एक फ्लैग ऑफ किया जाएगा, इस पूरे सुनामी गेट तक जाएंगे और वहाँ से वापस यहीं पर आएंगे और देखेंगे कितना वेस्ट हम लोगों ने आज कलेक्ट किया। तो मैम पेप्सिको बीबीएल और जो म्यूनिसिपल काउंसिल के जो वॉलंटियर्स यहाँ पर मौजूद हैं उनके उत्साहवर्धन के लिए आप प्लीज दो शब्द। एक बार जोरदार तालियां हमारे अच्छे मुख्य अतिथि के लिए सुबह सुबह इतना समय देने के लिए। मैं रिक्वेस्ट करूंगा मैम अगर आप थोड़ा समय निकालकर हमारे साथ व्लॉगिंग कर पाए। रूट के अलाउ चलना स्टार्ट करें। सभी से मेरा निवेदन है कि आने जा बिल्कुल अज पैप्सिको और उन्हां दी जिहड़ी भाईवाल कंपनी बीबीएल दे वल्लों प्लॉग रन जिहड़ा ऑर्गेनाइज किया गया, जो मैनूं लगदा कि अपने आप दे विच इक बहुत वड्डी जिहड़ी शानदार जिहड़ी इक उदाहरण हैगी, एग्जाम्पल हैगी है कि अज जिथे साडा मुल्क भारत जिहड़ा अज तरक्की कर रिहा ਉੱਥੇ ਉਹਦੇ ਨਾਲ ਜਿਹੜੀ ਸਿਰਤਾ ਅਤੇ ਜਿਹੜੀ ਸਫਾਈ ਹੈ, ਜਿਹੜੀ ਇੱਕ ਸਿਹਤਮੰਦ ਨਾਗਰਿਕ ਦਾ ਹੋਣਾ ਜਿਹੜਾ ਬਹੁਤ ਜ਼ਰੂਰੀ ਹੈ। ਸੋ ਇਸ ਪ੍ਰੋਗਰਾਮ ਦੇ ਨਾਲ ਇੱਕ ਵੱਡਾ ਮੈਸੇਜ ਆਉਂਦਾ ਕਿ ਜਿੱਥੇ ਆਪਣੀ ਇੱਕ ਸਿਹਤਮੰਦ ਨਾਗਰਿਕ ਦਾ ਮੈਸੇਜ ਦਿੰਦੇ ਹੋਏ ਸਾਰੇ ਜਿਹੜੀ ਪ੍ਰੋਗਰਾਮ ਕਰਨਗੇ
ਉਹਦੇ ਨਾਲ ਹੀ ਜਿਹੜੀ ਇਨਵਾਇਰਮੈਂਟ ਨੂੰ ਲੈ ਕੇ, ਜਿਹੜੀ ਸਫਾਈ ਨੂੰ ਲੈ ਕੇ, ਜਿਹੜੀ ਉਹ ਰਸਤੇ ਦੇ ਵਿੱਚ ਕਿਤੇ ਵੀ ਕੋਈ ਕੂੜਾ ਜਿਹੜਾ ਕੋਈ ਕਚਰਾ ਆਉਂਦਾ ਸੋ ਉਹਨੂੰ ਹਟਾਉਂਦੇ ਜਾਣਗੇ ਆਪਣੇ ਆਪ ਇੱਕ ਨਾਗਰਿਕ ਦੇ ਤੌਰ 'ਤੇ। ਔਰ ਇੱਕ ਜਿਹੜੀ ਸਥਿਰਤਾ ਜਿਹੜੀ ਸਾਰਿਆਂ ਦੇ ਵਿੱਚ ਜਿਹੜੀ ਇੱਕ ਆਪਸ ਦੇ ਵਿੱਚ ਜਿਹੜੀ ਸਾਂਝ ਚਾਹੀਦੀ ਆ, ਉਹਦਾ ਵੀ ਇੱਕ ਮੈਸੇਜ ਜਿਹੜਾ ਅੱਜ ਇਸ ਦੀ ਜਿਹੜੀ ਪ੍ਰੋਗਰਾਮ ਤੋਂ ਜਿਹੜਾ ਮਿਲਣ ਜਾ ਰਿਹਾ। ਸੋ ਇੱਕ ਵੱਡਾ ਉਪਰਾਲਾ ਜਿਹੜਾ ਪੈਪਸੀਕੋ ਨੇ ਅੱਜ ਕੀਤਾ ਸੰਗਰੂਰ ਦੇ ਵਿੱਚ, ਔਰ ਪੂਰੇ ਇੰਡੀਆ ਦੇ ਵਿੱਚ ਜਿਹੜੇ ਅਲੱਗ ਅਲੱਗ ਜਗ੍ਹਾ ਦੇ ਉੱਤੇ ਇਹ ਉਪਰਾਲਾ ਕਰ ਰਹੇ ਨੇ। ਸੋ ਇੱਦਾਂ ਦੇ ਉਪਰਾਲੇ ਹੋਣੇ ਚਾਹੀਦੇ ਨੇ ਔਰ ਰਲ ਮਿਲ ਕੇ ਅਸੀਂ ਆਪਣੇ ਭਾਰਤ ਨੂੰ ਜਿਹੜਾ ਤਰੱਕੀ ਦੇ ਵੱਲ ਜਿਹੜਾ ਲੈ ਕੇ ਜਾ ਸਕਦੇ। ਬਿਲਕੁਲ, ਔਰ ਕਿਉਂਕਿ ਇਹਨਾਂ ਦਾ ਖੁਦ ਦੇ ਵਿੱਚ ਬਹੁਤ ਵੱਡਾ ਅਦਾਰਾ, ਔਰ ਬਹੁਤ ਸਾਰੇ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਰੁਜ਼ਗਾਰ ਵੀ ਦਿੱਤਾ, ਔਰ ਇੱਦਾਂ ਦੇ ਮੈਸੇਜ ਦੇਣਾ ਇੱਕ ਵੱਡੀ ਗੱਲ ਹੈ। ਔਰ ਮੈਨੂੰ ਉਮੀਦ ਹੈ ਕਿ ਇਹਦੇ ਨਾਲ ਜਿਹੜੇ ਲੋਕ ਨੇ ਉਹ ਜੁੜਨਗੇ ਔਰ ਆਪਣੇ ਆਲੇ ਦੁਆਲੇ ਨੂੰ ਅਤੇ ਖੁਦ ਨੂੰ ਇੱਕ ਤੰਦਰੁਸਤ ਰੱਖਣ ਦੇ ਲਈ ਇਸ ਦਾ ਜਿਹੜਾ ਸਾਥ ਜ਼ਰੂਰ ਦੇਣਗੇ। ਮੇਰਾ ਤਾਂ ਸੁਨੇਹਾ ਇਹੀ ਹੈ ਕਿ ਆਓ ਰਲ ਮਿਲ ਕੇ ਇੱਕ ਆਪਾਂ ਸਾਰੇ ਸਿਹਤਮੰਦ ਹੋਈਏ ਔਰ ਆਪਣੇ ਆਲੇ ਦੁਆਲੇ ਨੂੰ ਜਿਹੜਾ ਸਾਫ਼ ਰੱਖੀਏ। ਕੀ ਨਾਮ ਹੈ ਜੀ? ਸਤਿਅਮ ਗੁਪਤਾ। ਗੁਪਤਾ ਜੀ, ਕੀ ਕਹਿਣਾ ਚਾਹੁੰਦੇ ਹੋ ਪ੍ਰੋਗਰਾਮ ਬਾਰੇ? ਐਮਐਲਏ ਸਾਹਿਬ ਕੋਲ ਪਹੁੰਚੇ ਨੇ। ਸਭ ਤੋਂ ਪਹਿਲਾਂ ਮੈਂ ਐਮਐਲਏ ਨਰਿੰਦਰ ਕੌਰ ਮੈਡਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਇਸ ਸਮੇਂ 'ਤੇ ਹੌਸਲਾ ਅਫਜਾਈ ਜਿਹੜੀ ਸਾਡੀ ਸਾਰੀ ਟੀਮ ਦੀ ਇਹਨਾਂ ਨੇ ਕੀਤੀ ਹੈ ਤਾਂ ਕਿ ਇਸ ਪ੍ਰੋਗਰਾਮ ਨੂੰ ਅਸੀਂ ਇੱਕ ਉਸ ਅੰਜਾਮ ਤੱਕ ਪਹੁੰਚਾ ਸਕੇ ਜਿਸ ਲਈ ਇਹ ਰੱਖਿਆ ਗਿਆ ਹੈ। ਜਿਹੜਾ ਆਪਾਂ ਮੈਡਮ ਨੇ ਮੈਸੇਜ ਦਿੱਤਾ ਹੈ ਕਿ ਸਫਾਈ ਦਾ ਅਤੇ ਆਪਣੀ ਸਿਹਤ ਦਾ ਬਹੁਤ ਜ਼ਰੂਰੀ ਧਿਆਨ ਰੱਖਣਾ ਜ਼ਰੂਰੀ ਹੈ, ਅਤੇ ਮੈਸੇਜ ਅੱਜ ਦਾ ਜਿਹੜਾ ਪ੍ਰੋਗਰਾਮ ਉਸੀ ਉੱਤੇ ਹੈ ਤਾਂ ਕਿ ਇਸ ਅਵੇਅਰਨੈਸ ਨੂੰ ਆਪਾਂ ਕ੍ਰੀਏਟ ਕਰ ਸਕੀਏ ਸਾਰੇ ਲੋਕਾਂ ਦੇ ਵਿੱਚ ਕਿ ਇਹ ਪਲਾਸਟਿਕ ਚੱਕਣਾ, ਵੇਸਟ ਚੱਕਣਾ ਬਹੁਤ ਜ਼ਰੂਰੀ ਹੈ, ਇੱਥੇ ਨਹੀਂ ਖੰਡਾਰਨਾ ਚਾਹੀਦਾ ਆਪਾਂ ਨੂੰ, ਉਹਨੂੰ ਇੱਕ ਸਹੀ ਜਗ੍ਹਾ 'ਤੇ ਹੀ ਸੁੱਟਣਾ ਚਾਹੀਦਾ ਹੈ। ਆਪਾਂ ਅੱਡ ਅੱਡ ਕੰਟਰੀਆਂ 'ਚ ਜਾਂਦੇ ਹਾਂ, ਦੇਖਦੇ ਹਾਂ ਕਿ ਹਰ ਜਗ੍ਹਾ ਸਫਾਈ ਹੁੰਦੀ ਹੈ। ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਇਹ ਬਾਹਰਲੇ ਕੰਟਰੀ ਬੜੇ ਸਾਫ਼ ਸੁਥਰੇ ਨੇ, ਆਪਣੇ ਕੰਟਰੀ ਸਾਫ਼ ਸੁਥਰੇ ਨੇ, ਲੇਕਿਨ ਉਹਦੀ ਪਹਿਲ ਸਾਰਿਆਂ ਨੂੰ ਆਪਾਂ ਨੂੰ ਖੁਦ ਨੂੰ ਹੀ ਕਰਨੀ ਪੈਣੀ ਹੈ। ਅਤੇ ਇਸ ਅੱਜ ਦਾ ਜਿਹੜਾ ਪ੍ਰੋਗਰਾਮ ਉਸੀ ਦਿਸ਼ਾ ਉੱਤੇ ਹੈ ਤਾਂ ਕਿ ਆਪ ਇਹ ਪਹਿਲ ਕਰੀਏ ਅਸੀਂ ਮਿਲ ਕੇ ਅਤੇ ਇਹ ਮੈਸੇਜ ਸਾਰਿਆਂ ਨੂੰ ਸਪਰੈਡ ਕਰ ਸਕੀਏ। ਕੀ ਚੱਕਿਆ ਜਾਊਗਾ ਤੁਸੀਂ ਬਾਜ਼ਾਰ ਦੇ ਵਿੱਚ ਜਾਓਗੇ, ਤੁਹਾਡੇ ਗਲਵ ਸਫਾਈ ਦੀ ਟੀਮ ਪੂਰੀ ਤਰ੍ਹਾਂ ਤਿਆਰ ਹੈ? ਸਾਡਾ ਮੇਨ ਜਿਹੜਾ ਉਦੇਸ਼ ਹੈ ਪਲਾਸਟਿਕਸ ਨੂੰ ਚੱਕਣ ਦਾ, ਜਿੱਥੇ ਕਿਤੇ ਗਲਾਸ ਮਿਲੇ ਉਹ ਵੀ ਚੱਕਾਂਗੇ, ਜੇ ਹੋਰ ਵੀ ਕੋਈ ਐਸਾ ਵੇਸਟ ਜਿਹੜਾ ਕਿ ਆਪਣੇ ਜਾਨਵਰਾਂ ਨੂੰ ਆਦਮੀਆਂ ਨੂੰ ਕਿਸੇ ਨੂੰ ਵੀ ਨੁਕਸਾਨ ਕਰ ਸਕਦੇ ਉਹਨੂੰ ਚੱਕਣ ਦੀ ਪੂਰੀ ਕੋਸ਼ਿਸ਼ ਕਰੀਏ, ਚਾਹੇ ਲਿਫਾਫੇ ਹੋਣ, ਚਾਹੇ ਪਲਾਸਟਿਕ ਦੇ ਟੁਕੜੇ ਹੋਣ, ਚਾਹੇ ਢੱਕਣ ਹੋਣ, ਚਾਹੇ ਬੋਟਲ ਹੋਣ, ਕੁਛ ਵੀ ਹੋਵੇ। ਨਹੀਂ, ਇਹ ਪੂਰੇ ਕੰਟਰੀ ਦੇ ਵਿੱਚ ਅਸੀਂ 5-6 ਜਗ੍ਹਾ 'ਤੇ ਇਸ ਸਮੇਂ ਕੀਤਾ, ਅਸੀਂ ਆਉਣ ਵਾਲੇ ਸਮੇਂ 'ਚ ਹੋਰ ਵੀ ਕੋਸ਼ਿਸ਼ ਕਰਾਂਗੇ ਜਿੰਨਾ ਵੱਧ ਤੋਂ ਵੱਧ ਕਰ ਸਕੀਏ, ਉਹ ਸਾਰੇ ਕੰਟਰੀ 'ਚ ਆਪਾਂ ਅਸੀਂ ਕਰਾਂਗੇ। ਪੈਪਸੀ ਕੋਲੋਂ ਪਲੈਨ ਹੈ ਸਾਡਾ।